ਖਬਰਾਂ ਦੇ ਵਿਸਥਾਰ ਦੇ ਵਿੱਚ ਪਹਿਲਾਂ ਗੱਲ ਪੰਜਾਬ ਦੀ ਕਰਾਂਗੇ ਤੇ ਪੰਜਾਬ ਦੀਆਂ ਖਬਰਾਂ ਦੇ ਵਿੱਚ ਸ਼ੁਰੂਆਤ ਕਰਾਂਗੇ ਹਾਕੀ ਨੇ ਜੋ ਇਤਿਹਾਸ ਰਚਿਆ ਹੈ ਭਾਰਤ ਦੇ ਲਈ ਗੋਲ ਅੱਜ ਵੀ ਪੰਜੇ ਪੰਜਾਬੀਆਂ ਨੇ ਹੀ ਕੀਤੇ ਨੇ ਭਾਰਤ ਨੇ ਹਾਕੀ ਦਾ ਮੈਚ ਜਿੱਤ ਲਿਆ ਹੈ 올림픽ਸ ਦੇ ਵਿੱਚ 41 ਸਾਲਾਂ ਦੇ ਬਾਅਦ ਇਤਿਹਾਸ ਦਰਜ ਕਰਵਾਇਆ ਹੈ 올림픽ਸ ਦੇ ਵਿੱਚ ਤੀਜਾ ਸਥਾਨ ਯਾਨੀ ਕਿ ਕਾਂਸਾ ਜਿੱਤ ਕੇ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਵਿੱਚ ਨਰਿੰਦਰ ਸਿੰਘ ਨਾਮ ਦੇ ਲੇਖਕ ਦੇ ਵੱਲੋਂ ਕੁਝ ਲਾਈਨਾਂ ਨੇ ਜਿਹੜੀਆਂ ਹਾਕੀ ਦੀ ਇਤਿਹਾਸਿਕ ਜਿੱਤ ਤੇ ਲਿਖੀਆਂ ਗਈਆਂ ਨੇ ਇਹ 14 ਨਹੀਂ 41 ਸਾਲ ਦਾ ਸੀ ਬਨਵਾਸ ਦੇਖੋ ਜਿਗਰਾ ਫੇਰ ਵੀ ਨਾ ਛੱਡੀ ਆਸ ਹਰ ਵਾਰ ਅਸੀਂ ਹਾਕੀ ਨੂੰ ਮਾਰੀ ਹਾਕ ਤੇ ਹਾਰਾਂ ਖਾ ਕੇ ਵੀ ਨਾ ਛੱਡੀ ਜਿੱਤ ਦੀ ਝਾਕ ਅੱਜ ਦੇਖੋ ਮੁੜ ਕੇ ਸੋਨਾ ਬਣਿਆ ਤੇ ਹਰ ਖਿਡਾਰੀ ਕੋਹੇਨੂਰ ਇੱਕ ਕਾਂਸੀ ਨੇ ਦਿੱਤਾ ਸਾਨੂੰ ਸੋਨੇ ਵਰਗਾ ਸਰੂਰ ਹਾਲੇ ਗੱਲ ਮੁੱਕੀ ਨਹੀਂ ਸ਼ੁਰੂਆਤ ਹੈ ਇਹ ਝੂਠੀ ਨਹੀਂ ਸੱਚੀ ਬਾਤ ਹੈ ਸਲਾਮ ਹੈ ਧਿਆਨ ਤੇ ਬਲਵੀਰਾਂ ਨੂੰ ਦੇਸ਼ ਦੀਆਂ ਇੰਨਾਂ ਸ਼ਮਸ਼ੀਰਾਂ ਨੂੰ ਹੁਣ ਮਨਪ੍ਰੀਤ ਤੇ ਉਸਦੇ ਸਾਥੀ ਸਾਰੇ ਡੁੱਬਦੀ ਹਾਕੀ ਨੂੰ ਲੈ ਲਾਏ ਕਿਨਾਰੇ ਸੋ ਇਹ ਜਿਹੜੀਆਂ ਉਹਨਾਂ ਨੇ ਲਾਈਨਾਂ ਲਿਖੀਆਂ ਨੇ ਬੜੀਆਂ ਹੀ ਖੂਬਸੂਰਤ ਤੇ ਗੋਲ ਭਾਰਤ ਦੇ ਲਈ ਪੰਜੇ ਪੰਜਾਬੀਆਂ ਨੇ ਕੀਤੇ ਜਿਸ ਤੋਂ ਬਾਅਦ ਸਿੰਘ 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 ਇਹਨਾਂ ਸ਼ਬਦਾਂ ਦੇ ਨਾਲ 올림픽ਸ ਦੀਆਂ ਸਕਰੀਨਾਂ ਜਿਹੜੀਆਂ ਉਹ ਚਮਕ ਉਠੀਆਂ ਸਕ੍ਰੀਨਾਂ ਦੇ ਉੱਤੇ ਬਾ ਕਾਇਦਾ ਦੇਖਿਆ ਜਾ ਸਕਦਾ ਹੈ ਚਾਰੇ ਪਾਸੇ ਸਿੰਘ ਲਿਖ ਕੇ ਅੱਗੇ ਗੋਲ ਲਿਖੇ ਹੋਏ ਨੇ ਜਲੰਧਰ ਦੇ ਪਿੰਡ ਮਿੱਠਾਪੁਰ ਤੋਂ ਮਨਪ੍ਰੀਤ ਸਿੰਘ ਦੀ ਕਪਤਾਨੀ ਹੇਠ ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕੀਓ 올림픽ਸ ਦੇ 41 ਸਾਲਾਂ ਦੇ ਲੰਬੇ ਸੋਕੇ ਤੋਂ ਬਾਅਦ ਆਖਿਰਕਾਰ 올림픽ਸ ਦੇ ਵਿੱਚ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਕਾਂਸੀ ਦੇ ਤਗਮੇ ਦੇ ਇਤਿਹਾਸਿਕ ਮੁਕਾਬਲੇ ਦੇ ਵਿੱਚ ਭਾਰਤ ਨੇ ਜਰਮਨੀ ਨੂੰ 5-4 ਦੇ ਨਾਲ ਹਰਾ ਦਿੱਤਾ ਪੁਰਸ਼ ਹਾਕੀ ਵਿੱਚ 올림픽 ਤਗਮਾ ਜਿੱਤਣ ਦੇ ਇਤਿਹਾਸ ਨੂੰ ਟੋਕੀਓ ਦੇ ਵਿੱਚ ਦੁਹਰਾਇਆ ਗਿਆ ਭਾਰਤ ਵਾਲੇ ਪਾਸਿਓ ਸਾਰੇ ਪੰਜੇ ਗੋਲ ਸਿੱਖ ਖਿਡਾਰੀਆਂ ਦੇ ਵੱਲੋਂ ਕੀਤੇ ਗਏ ਗੋਲ ਕੀਪਰ ਸ਼੍ਰੀ ਜੇਸ਼ ਦੀ ਖੂਬਸੂਰਤ ਡਿਫੈਂਸ ਬੇਸ਼ੱਕ ਟੀਮ ਦੀ ਕੋਸ਼ਿਸ਼ ਅਤੇ ਜਿੱਤ ਦਾ ਹੱਕਦਾਰ ਹੈ ਸਿਮਰਨਜੀਤ ਸਿੰਘ ਨੇ ਦੋ ਗੋਲ ਕੀਤੇ ਹਾਰਦਿਕ ਸਿੰਘ ਨੇ ਇੱਕ ਹਰਮਨਪ੍ਰੀਤ ਨੇ ਇੱਕ ਰੁਪਿੰਦਰਪਾਲ ਸਿੰਘ ਨੇ ਇੱਕ ਗੋਲ ਕੀਤਾ ਤੇ hockey team ਦੇ ਵਿੱਚ Gurjant Singh, Shamsher Singh, Dilpreet Singh ਇਹ ਵੀ ਜਿਹੜੇ ਪੰਜਾਬੀ ਖਿਡਾਰੀ ਹੈਗੇ ਨੇ goalkeeper Sri Rajesh ਨੇ ਵੀ ਕਾਫੀ ਚੰਗੀ ਭੂਮਿਕਾ ਜਿਹੜੀ ਹੈ ਉਹ ਨਿਭਾਈ ਹੈ। ਭਾਰਤੀ ਖਿਡਾਰੀਆਂ ਦੇ ਨਾਲ TV ਦੇ ਉੱਤੇ ਇਤਿਹਾਸਿਕ ਮੈਚ ਦੇਖ ਰਹੇ ਕਰੋੜਾਂ ਲੋਕਾਂ ਦੀਆਂ ਜਿਹੜੀਆਂ ਅੱਖਾਂ ਨੇ ਉਹ ਵੀ ਨਮ ਹੋ ਗਈਆਂ ਜਿਹੜੇ ਭਾਰਤ ਵਾਸੀ ਨੇ ਤੇ ਲੋਕ ਇਹ ਕਹਿੰਦੇ ਸੁਣੇ ਗਏ ਕਿ ਸਾਡਾ ਕਾਂਸਾ ਵੀ سونے ਵਰਗਾ ਮੈਚ ਦੇ ਸ਼ੁਰੂ ਦੇ ਵਿੱਚ ਹੀ ਜਰਮਨੀ ਨੇ ਇੱਕ ਗੋਲ ਕਰ ਦਿੱਤਾ ਸੀ ਇੱਕ ਵਾਰੀ ਸਾਰਿਆਂ ਦੇ ਦਿਲ ਜਿਹੜੇ ਥੰਮ ਗਏ ਸੀ ਕਿ ਪਹਿਲਾ ਗੋਲ ਹੈ ਜਿਹੜਾ ਉਹ ਜਰਮਨੀ ਕਰ ਗਿਆ ਮੈਚ ਦੇ ਦੂਜੇ ਕੁਆਟਰ ਦੇ ਵਿੱਚ ਭਾਰਤ ਤੇ ਜਰਮਨੀ 3-3 ਗੋਲਾਂ ਦੀ ਬਰਾਬਰੀ ਤੇ ਸਨ ਤੀਸਰੇ ਕੁਆਟਰ ਦੇ ਵਿੱਚ ਭਾਰਤ ਨੂੰ ਪੈਨਲਟੀ ਸਟ੍ਰੋਕ ਮਿਲਿਆ ਤੇ ਭਾਰਤ ਨੇ ਇੱਕ ਗੋਲ ਹੋਰ ਕਰ ਦਿੱਤਾ ਭਾਰਤ ਨੇ 올림픽ਸ ਹਾਕੀ ਦੇ ਵਿੱਚ ਸੋਨ ਤਗਮਾ ਆਖਰੀ ਜਿਹੜਾ ਹੈਗਾ 1980 ਦੇ ਵਿੱਚ ਮਾਸਕੋ ਵਿੱਚ ਜਿੱਤਿਆ ਸੀ ਉਸ ਸਮੇਂ ਤੋਂ ਭਾਰਤ ਨੂੰ ਹਾਕੀ ਦੇ ਵਿੱਚ ਮੈਡਲ ਦਾ ਇੰਤਜ਼ਾਰ ਸੀ ਜੋ ਹੁਣ ਜਾ ਕੇ ਖਤਮ